ਦੇਖਿਓ ਸਾਡੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪਰਬ ਹੈ। ਜਿੰਨੇ ਵੀ ਗੁਰੂ ਨਾਨਕ ਨਾਵਾਂ ਲੇਵੇ ਹਨ ਬੜੀ ਸ਼ਰਧਾ ਨਾਲ ਬੜੇ ਅਕੀਦੇ ਨਾਲ ਮਨਾ ਰਹੇ ਹਨ। ਅੱਜ ਗੁਰਦੁਆਰਾ ਰਾਮਦਾਸ ਜੀ ਦੇ ਦਰ 'ਤੇ ਆ ਕੇ ਵੀ ਸਾਰੇ ਸ਼ਰਧਾਲੂਆਂ ਨੇ ਆਪਣੇ ਸਿਰ ਝੁਕਾ ਕੇ ਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕੀਤੀਆਂ, ਨਾਲ ਆਤਿਸ਼ਬਾਜ਼ੀ ਦਾ ਸਾਰਿਆਂ ਨੇ ਨਿੱਘ ਮਾਣਿਆ ਹੈ। ਵਾਹਿਗੁਰੂ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਪੰਥ ਦੀ ਏਕਤਾ ਇਤਫਾਕ ਅਤੇ ਮਾਨਵਤਾ ਭਲੇ ਲਈ ਅੱਜ ਸਾਰੇ ਸਮਾਜ ਕੰਮ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਅੱਗੇ ਪਹਿਲੀ ਤਾਂ ਅਰਦਾਸ ਹੈ ਵੀ ਪਰਿਵਾਰ 'ਚ ਸੁੱਖ ਸ਼ਾਂਤੀ ਬਖਸ਼ਣਾ ਅਤੇ ਜਿੰਨਾ ਵੀ ਸਿੱਖ ਕੌਮ ਪੰਥ ਹੈ ਅਤੇ ਮਾਨਵਤਾ ਦੇ ਭਲੇ ਲਈ ਅਰਦਾਸ ਕੀਤੀ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਏਕਤਾ ਇਤਫਾਕ ਬਖਸ਼ਣ, ਪਿਆਰ ਭਾਵ ਬਖਸ਼ਣ, ਤਾਂ ਕਿ ਪੰਥ ਵੀ ਚੜ੍ਹਦੀ ਕਲਾ 'ਚ ਵੱਸਦਾ ਰਹੇ। ਦੇਖੀਏ ਗੁਰਬਾਣੀ ਤਾਂ ਸਾਨੂੰ ਵਾਹਿਗੁਰੂ ਪੰਚਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਵੀ ਧਰਜੀ ਹਰ ਇੱਕ ਟੇਕ ਤੂੰ ਲਾਏ ਬਡਾਣੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ। ਇਹ ਇੱਕ ਐਸੇ ਅਲਾਈ ਫਰਮਾਨ ਹਨ ਜਿਨ੍ਹਾਂ ਨੂੰ ਸੁਣਨ ਨਾਲ, ਗਾਇਨ ਕਰਨ ਨਾਲ ਜੀਵਨ ਦੇ ਸਾਰੀਆਂ ਘੜੀਆਂ ਸਫਲ ਹੋ ਜਾਂਦੀਆਂ। ਗਾਵੀਐ ਸੁਣੀਐ ਮਨ ਰੱਖੀਐ ਪਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸ ਦੇ ਗਾਉਣ ਨਾਲ ਸੁਣਨ ਨਾਲ ਜਿੰਨੇ ਵੀ ਸਾਡੇ ਦੁੱਖ ਦਰਦ ਹਨ ਉਹ ਖਤਮ ਹੋ ਜਾਂਦੇ ਅਤੇ ਸੁੱਖ ਅਸੀਂ ਆਪਣੇ ਘਰਾਂ 'ਚ ਪ੍ਰਵੇਸ਼ ਕਰਦੇ ਹਾਂ। ਅੱਜ ਪਿਤਾ ਮੁਬਾਰਕ ਦਿਨ 'ਤੇ ਬਾਣੀ ਦਾ ਨਿੱਘ ਮਾਣਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਪਹਿਲਾਂ। ਅਤੇ ਅੱਜ ਦਾ ਦਿਨ ਸੱਚੇ ਪਾਤਸ਼ਾਹ ਦੇ ਦਸਮ ਪਾਤਸ਼ਾਹ ਨੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ। ਸਿੱਖ ਜਗਤ ਵਿੱਚ ਸੱਚੇ ਪਾਤਸ਼ਾਹ ਜੀ ਨੇ ਨਿਰਮਲ ਪੰਥ, ਇੱਕ ਨਿਆਰਾ ਪੰਥ ਚਲਾਇਆ। ਖੰਡੇ ਦੀ ਪੋਲ ਦੇ ਨਾਲ 1699 ਵਿਸਾਖੀ ਵਾਲੇ ਨੇ ਅੰਮ੍ਰਿਤ ਛਕਾਇਆ। ਸੱਚੇ ਪਾਤਸ਼ਾਹ ਦੀ ਸਰਬੱਤ ਸੰਗਤ ਨੂੰ ਵਧਾਈਆਂ। ਅੱਜ ਹਰਿਮੰਦਰ ਸਾਹਿਬ ਵਿੱਚ ਸਰਬੱਤ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਦੇ ਟਾਈਮ ਤੱਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੇ ਨਾਲ ਹੀ ਸੇਵਾ ਨਿਭਾਈ ਅਤੇ ਕੀਰਤਨ ਸੁਣਿਆ। ਅਤੇ ਹਾਂਜੀ, ਇਹ ਅਰਦਾਸ ਇਹ ਕੀਤੀ ਹੈ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ, ਦੇਸ਼ ਕੌਮ ਦੀ ਸੁਰੱਖਿਆ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਹੈ ਜੀ। ਸੱਚੇ ਪਾਤਸ਼ਾਹ ਸਰਬੱਤ ਸੰਗਤ ਨੂੰ ਚੜ੍ਹਦੀਆਂ ਕਲਾ ਅਤੇ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਿਓ ਸਾਡੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪਰਬ ਹੈ। ਜਿੰਨੇ ਵੀ ਗੁਰੂ ਨਾਨਕ ਨਾਵਾਂ ਲੇਵੇ ਹਨ ਬੜੀ ਸ਼ਰਧਾ ਨਾਲ ਬੜੇ ਅਕੀਦੇ ਨਾਲ ਮਨਾ ਰਹੇ ਹਨ। ਅੱਜ ਗੁਰਦੁਆਰਾ ਰਾਮਦਾਸ ਜੀ ਦੇ ਦਰ 'ਤੇ ਆ ਕੇ ਵੀ ਸਾਰੇ ਸ਼ਰਧਾਲੂਆਂ ਨੇ ਆਪਣੇ ਸਿਰ ਝੁਕਾ ਕੇ ਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕੀਤੀਆਂ, ਨਾਲ ਆਤਿਸ਼ਬਾਜ਼ੀ ਦਾ ਸਾਰਿਆਂ ਨੇ ਨਿੱਘ ਮਾਣਿਆ ਹੈ। ਵਾਹਿਗੁਰੂ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਪੰਥ ਦੀ ਏਕਤਾ ਇਤਫਾਕ ਅਤੇ ਮਾਨਵਤਾ ਭਲੇ ਲਈ ਅੱਜ ਸਾਰੇ ਸਮਾਜ ਕੰਮ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਅੱਗੇ ਪਹਿਲੀ ਤਾਂ ਅਰਦਾਸ ਹੈ ਵੀ ਪਰਿਵਾਰ 'ਚ ਸੁੱਖ ਸ਼ਾਂਤੀ ਬਖਸ਼ਣਾ ਅਤੇ ਜਿੰਨਾ ਵੀ ਸਿੱਖ ਕੌਮ ਪੰਥ ਹੈ ਅਤੇ ਮਾਨਵਤਾ ਦੇ ਭਲੇ ਲਈ ਅਰਦਾਸ ਕੀਤੀ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਏਕਤਾ ਇਤਫਾਕ ਬਖਸ਼ਣ, ਪਿਆਰ ਭਾਵ ਬਖਸ਼ਣ, ਤਾਂ ਕਿ ਪੰਥ ਵੀ ਚੜ੍ਹਦੀ ਕਲਾ 'ਚ ਵੱਸਦਾ ਰਹੇ। ਦੇਖੀਏ ਗੁਰਬਾਣੀ ਤਾਂ ਸਾਨੂੰ ਵਾਹਿਗੁਰੂ ਪੰਚਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਵੀ ਧਰਜੀ ਹਰ ਇੱਕ ਟੇਕ ਤੂੰ ਲਾਏ ਬਡਾਣੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ। ਇਹ ਇੱਕ ਐਸੇ ਅਲਾਈ ਫਰਮਾਨ ਹਨ ਜਿਨ੍ਹਾਂ ਨੂੰ ਸੁਣਨ ਨਾਲ, ਗਾਇਨ ਕਰਨ ਨਾਲ ਜੀਵਨ ਦੇ ਸਾਰੀਆਂ ਘੜੀਆਂ ਸਫਲ ਹੋ ਜਾਂਦੀਆਂ। ਗਾਵੀਐ ਸੁਣੀਐ ਮਨ ਰੱਖੀਐ ਪਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ।
ਇਸ ਦੇ ਗਾਉਣ ਨਾਲ ਸੁਣਨ ਨਾਲ ਜਿੰਨੇ ਵੀ ਸਾਡੇ ਦੁੱਖ ਦਰਦ ਹਨ ਉਹ ਖਤਮ ਹੋ ਜਾਂਦੇ ਅਤੇ ਸੁੱਖ ਅਸੀਂ ਆਪਣੇ ਘਰਾਂ 'ਚ ਪ੍ਰਵੇਸ਼ ਕਰਦੇ ਹਾਂ। ਅੱਜ ਪਵਿੱਤਰ ਮੁਬਾਰਕ ਦਿਨ 'ਤੇ ਬਾਣੀ ਦਾ ਨਿੱਘ ਮਾਣਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਸਰਬਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਪਹਿਲਾਂ। ਅਤੇ ਅੱਜ ਦਾ ਦਿਨ ਸੱਚੇ ਪਾਤਸ਼ਾਹ ਦੇ ਦਸਮ ਪਾਤਸ਼ਾਹ ਨੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ। ਸਿੱਖ ਜਗਤ ਵਿੱਚ ਸੱਚੇ ਪਾਤਸ਼ਾਹ ਜੀ ਨੇ ਨਿਰਮਲ ਪੰਥ, ਇੱਕ ਨਿਆਰਾ ਪੰਥ ਚਲਾਇਆ ਖੰਡੇ ਦੀ ਪੋਲ ਦੇ ਨਾਲ। 1699 ਵਿਸਾਖੀ ਵਾਲੇ ਨੇ ਅੰਮ੍ਰਿਤ ਛਕਾਇਆ। ਸੱਚੇ ਪਾਤਸ਼ਾਹ ਦੀ ਸਰਬਤ ਸੰਗਤ ਨੂੰ ਵਧਾਈਆਂ। ਅੱਜ ਹਰਿਮੰਦਰ ਸਾਹਿਬ ਵਿੱਚ ਸਰਬਤ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਦੇ ਟਾਈਮ ਤੱਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੇ ਨਾਲ ਹੀ ਸੇਵਾ ਨਿਭਾਈ ਅਤੇ ਕੀਰਤਨ ਸੁਣਿਆ। ਅਤੇ ਹਾਂਜੀ, ਇਹ ਅਰਦਾਸ ਇਹ ਕੀਤੀ ਹੈ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ, ਦੇਸ਼ ਕੌਮ ਦੀ ਸੁਰੱਖਿਆ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਹੈ ਜੀ। ਸੱਚੇ ਪਾਤਸ਼ਾਹ ਸਰਬੱਤ ਸੰਗਤ ਨੂੰ ਚੜ੍ਹਦੀਆਂ ਕਲਾ ਅਤੇ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।